ਸੀ ਕਿ ਇਹਦੀ ਬੋਡੀ ਬੋਡੀ ਨਹੀਂ ਛਲੀ ਤੇ ਔਖੇ ਹੁੰਦੇ ਫਿਰ ਤਾਂ ਚਲੋ ਕੋਈ ਗੱਲ ਨਹੀਂ ਹੁਣ ਉਹ ਵੀ ਲਿਖਾ ਦਾਂਗੇ ਤੇਰੀ ਚਿੰਤਾ ਨਾ ਕਰ ਉਹ ਆਪਾਂ ਆਪਣੇ ਆਪਣੇ ਬੱਚਿਆਂ ਨਾਲ ਚਿੱਠੀਆਂ ਪਾ ਦਾਂਗੇ परिवार ज्यादा ना देखे शरीर नू हो सकदा ओह भी कारण हो सकदा बॉडी ना सुनन दा गली पई है सवेर तक इंतजार करन जोगी ने की बाहर कड्डी उस वेले करना पेगा डीकंपोज हुई पई है बॉडी मौके दी फोटो भी लैनी हुंदी है बड़ा कुछ करना हुंदा मेरी आरटीआई गई है मना करता सी डॉक्टर ने जो बॉडी गई तो पोस्टमार्टम ली फिर 15-20 मिनट बाद उन्हें करता पोस्टमार्टम मना ता करती ना चीर फट जाए एवं करता कोई थोड़ी किता ने फॉर्मेलिटी की उन्हें कोई सट्टा का निशान नहीं लिखा ਉਹਨੇ ਕੋਈ ਹੋਰ ਕੁਛ ਗੱਲ ਨਹੀਂ ਲਿਖੀ ਉਹਨੇ ਸਿੱਧਾ ਲਿਖਿਆ ਜੀ ਕਰੰਟ ਦੀ ਤਾਰ ਲੱਗੀ ਹੈ ਉਹਨੂੰ ਪੈਸੇ ਚੜ ਕੇ ਹੋਣੇ ਤਾਂ ਕਰਕੇ ਉਹਨੇ ਉਹੀ ਗੱਲ ਲਿਖਤੀ ਹੈ ਅੰਨੇ ਨੂੰ ਦਿਖਦੀਆਂ ਪਈਆਂ ਕਿ ਮੂੰਹ ਤੇ ਸੱਟਾਂ ਪਿੰਡ ਢਿੱਡ ਤੇ ਸੱਟਾਂ ਬਾਹ ਦੇ ਸੱਟ ਦਾ ਨਿਸ਼ਾਨ ਪੈਰ ਤੇ ਸੱਟ ਦਾ ਨਿਸ਼ਾਨ ਢਿੱਡ ਤੇ ਸੱਟ ਦਾ ਨਿਸ਼ਾਨ ਢਿੱਡ ਦੇ ਬੂਟਾਂ ਦੇ ਨਿਸ਼ਾਨ ਬੂਟ ਮਾਰੇ ਹੁੰਦੇ ਜਿਵੇਂ ਧਿਆਨ ਨਾਲ ਵੇਖੋ ਬੱਡੀ ਤੁਸੀਂ ਤੇ ਅੱਖਾਂ ਨਾਲ ਵੇਖੀ ਅਸੀਂ ਤੇ ਫਿਰ ਫੋਟੋ 'ਚ ਵੇਖੀਏ ਸੋ ਇੰਨੇ ਨਿਸ਼ਾਨ ਗਿਰਦੇ ਟੁੱਟੀ ਹੋਈ ਪਹਿਲਾਂ ਅਸੀਂ ਪਹੁੰਚੇ ਸੀ ਬੋਡੀ ਗਾਰਡ ਪੁਲਿਸ ਤੋਂ ਬਾਅਦ ਚਾਹੀਦਾ 10-15 ਲਵਪ੍ਰੀਤ ਨੇ ਦੇਖਿਆ ਸਰ ਉਦਣੇ ਬੋਡੀ ਜੀ ਲਪ੍ਰੀਤ ਇੱਕ ਗੱਲ ਕਲੀਅਰ ਕਰ ਦਿਓ ਉਹਦੇ ਬਾਲ ਕੱਟੇ ਵੇ ਦੀ ਬਹੁਤ ਖਬਰ ਉੱਡ ਰਹੀ ਹੈ ਬਾਲ ਕੱਟੇ ਹੋਏ ਸੀ ਪਹਿਲੇ ਹੀ ਹਰਚਰਨ ਦੇ ਕਾ ਜਵਾਰ ਕੱਟ ਪਹਿਲੇ ਹੀ ਕੱਟੇ ਹੋਏ ਸੀ ਪਹਿਲਾਂ ਥੋੜਾ ਚਿਰ ਆਇਆ ਉਹਨੂੰ ਕੱਟ ਹਾਂਜੀ ਥੋੜਾ ਵੀ ਚਿਰ ਆਇਆ ਲੇਕਿਨ ਪਤਾ ਨਹੀਂ ਸੀ ਕਿ ਬਾਲ ਕੱਟਿਆ ਸਾਨੂੰ ਪਤਾ ਸੀ ਕਿ ਉਹਨੇ ਬਾਲ ਕਟਾ ਲਿਆ ਥੋੜਾ ਚਿਰ ਹੋਇਆ ਅੱਛਾ ਮਤਲਬ ਘਰੇ ਵੀ ਨਹੀਂ ਪਤਾ ਸੀ ਇਹ ਕਰ ਇਹ ਤਾਂ ਪਰਨਾ ਬਣ ਕੇ ਰੱਖਦਾ ਸੀ ਸ਼ੋਅ ਨਹੀਂ ਕਰਦੇ ਬਾਲ ਜਿਹੜੇ ਪੂਰੇ ਆਏ ਨਹੀਂ ਉਹਨੇ ਡਰੁਕ ਮਸ਼ੀਨ ਲਵਾਈ ਬਿਲਕੁਲ ਟਕਰਾ ਹੋਇਆ ਸੀ ਠੀਕ ਉਹ ਜਿਵੇਂ ਜਾਣ ਬਾਰੇ ਜਿਵੇਂ ਬਾਹਰ ਜਾਣ ਦਾ ਪ੍ਰੋਗਰਾਮ ਸੀ ਉਹ ਕਹਿ ਸਕਦੇ ਆ ਉਹ ਵਾਲੇ ਵੀ ਕਿਉਂਕਿ ਇਹ ਵੀ ਇੱਕ ਕਨਫਿਊਜ਼ਨ ਕਲੀਅਰ ਕਰਨਾ ਜ਼ਰੂਰੀ ਸੀਗਾ हालात मैं चश्मदीद हालात वेखे और ऐसा सीती नहीं सी गल्ला सारिया गल्ला पा के लिख दंगे ठीक है ना तुहाडे वल्लों लिखो जाणगे जो भी दिक्कत आवे डरना नहीं ਮਦਈ ਮੁਕਦਮਾ ਜੋ ਤੁਹਾਡਾ ਗਵਾਹ ਗਵਾਹੀਆਂ ਹੁੰਦੀਆਂ ਕੱਲ ਫਿਊਚਰ ਚ ਜੇ ਤੁਹਾਡੀ ਗਵਾਹੀ ਚੱਜ ਨਾਲ ਨਹੀਂ ਹੋਈ ਤੇ ਕੰਮ ਖਰਾਬ ਹੋ ਜਾਣਾ ਤੇ ਇਸ ਕਰਕੇ ਆਪਣੀ ਮੈਨੂੰ ਸਿਰਫ ਅੱਧੇ ਘੰਟੇ ਦੇਣਾ ਮੈਂ ਸਾਰੇ ਕੰਮ ਜਾਣੀ ਤੁਹਾਡਾ ਕੰਮ ਕਰੂੰਗਾ ਸਿਰਫ ਅਦਾਲਤ ਚ ਨਾ ਮੈਂ ਹੋਵਾਂ ਅਦਾਲਤ ਚ ਹੋਵਾਂ ਤੇ ਫਿਰ ਪਹਿਲਾਂ ਮੈਨੂੰ ਅਦਾਲਤ ਦਾ ਕੰਮ ਕਰਨਾ ਪੈਂਦਾ ਬਾਕੀ ਸਾਰੇ ਬੰਦਿਆਂ ਦੀਆਂ ਮੀਟਿੰਗਾਂ ਪਰੇ ਮੈਨੂੰ ਆਉਣਾ ਵੀ ਪਿਆ ਰਾਤੋ ਰਾਤ ਮੈਂ ਤੇ ਕੁਲਵਿੰਦਰ ਵੀਰ ਦੋਵੇਂ ਪਹੁੰਚ ਜਾਗੇ ਤੁਹਾਡੇ ਕੋਲ ਚਿੰਤਾ ਨਹੀਂ ਭੋਗ ਡੰਡ ਕੀਤਾ ਹੋਰ ਕੰਮ ਕੀਤਾ ਤੇ ਅਗਲੇ ਦਿਨ ਤੜਕੇ 5 ਵਜੇ ਘਰ ਪਹੁੰਚੇ ਹੈ ਚੰਡੀਗੜ੍ਹ 40-42 ਘੰਟੇ 43 ਘੰਟੇ ਦੀ ਸਾਡੀ ਜਰਨੀ ਜਿਹਦੇ ਵਿੱਚ 3 ਘੰਟੇ ਸੁੱਤਿਆਂ ਤੇ ਬਾਕੀ ਕੰਮ ਕੀਤਾ ਤੁਸੀਂ ਵੇਖਿਆ ਸੀ ਆਏ ਜਦੋਂ ਤੇ ਰਾਤ ਭਰ ਗੱਡੀ ਚਲਾਈ ਜਾਂਦੀ ਵਾਰ ਔਰ ਮੀਂਹ ਹਨੇਰੀ ਝੱਖੜ ਖਵੇ ਅੱਜ ਹੀ ਆਵਾਂ ਮੈਂ ਜਾਂਦਾ ਹੀ ਨਹੀਂ ਤੇ ਰਸਤਾ ਬਿਲਕੁਲ ਨਵਾਂ ਨਕੋਰ ਤੇ ਰਸਤਾ ਦੱਸਣ ਵਾਲਾ ਬੰਦਾ ਕੋਈ ਨਹੀਂ ਵੀ ਜਾਣਾ ਕਿੱਧਰ GPS ਦੇ ਸਿਰ ਤੇ ਹੀ ਆਉਂਦੇ ਰਹੇ ਇੱਕ ਮੈਡਮ ਦੇ ਸਹਾਰੇ ਹੀ ਗਏ ਆ ਬਸ ਉਹ ਵੀ ਕਈ ਵਾਰ ਝੂਠ ਬੋਲ ਜਾਂਦੀ ਸੀ GPS ਵਾਲੀ ਇੱਕ ਵੇਲੇ ਆ ਕੇ GPS ਨੂੰ ਪੁੱਲ ਦੇ ਉੱਤੇ ਚੜਨਾ ਸੀ ਉਹਨੇ ਪੁੱਲ ਦੇ ਥੱਲੇ ਲਾਤਾ ਇੱਕ ਜਗ੍ਹਾ ਤੇ ਪੁੱਲ ਦੇ ਥੱਲੇ ਉਤਰਨਾ ਸੀ ਉੱਤੇ ਅਸੀਂ ਉੱਤੇ ਦਾ ਸੋਚੀ ਜਾਈਏ
ਉੱਥੇ ਕਿੰਨੀ ਦੇਰ ਖਲੋਤੇ ਰਹੇ, ਫਿਰ ਅਸੀਂ ਥੱਲੇ ਗਏ ਜਾ ਕੇ ਇਹਨੂੰ ਪੁੱਛਿਆ, ਦੇਖੋ ਪਾਨ ਪੀਣੀ ਵਾਲਾ ਉੱਥੇ ਬੈਠਾ ਸੀ ਉਹਨੂੰ ਪੁੱਛਿਆ ਭਾਜੀ ਪੂਰਨਪੁਰ ਜਾਣਾ, ਕਹਿੰਦੇ ਐਂਡ ਮੁੜ ਜਾਓ ਨਾ ਸਰ, ਜੋ ਟੈਕਸੀ ਵਾਲਾ ਸੀ ਜਿਹੜੀ ਨੇਪਾਲ ਜਾਣੀ ਸੀ ਟੈਕਸੀ, ਸਹੀ ਗੱਲ, ਉਹਨੇ ਦੱਸਿਆ ਕਹਿੰਦਾ ਜੀ ਐਂਡ ਮੁੜ ਜਾਓ, ਉਹ ਕਹਿੰਦਾ ਚਿੰਤਾ ਹੀ ਨਾ ਕਰੋ ਅੱਗੇ ਜਾਈਏ ਤੇ ਬਿਲਕੁਲ ਹੀ ਨੇਹਰ ਮਤਲਬ ਸੜਕ ਦੇ ਨਿਸ਼ਾਨ ਵੀ ਕੋਈ ਨੀ, ਟੁੱਟੀ ਸੜਕ ਅੱਗੇ ਥੋੜੀ ਦੂਰ ਤੱਕ, ਡਰ ਲੱਗੇਗੀ ਸਾਗ, ਪਹਿਲਾਂ ਐਕਸਪੀਰੀਅੰਸ ਸੀ ਨਾ, ਨਹੀਂ ਸੀ ਨੌਲੇਜ, ਰਸਤਾ ਦੱਸਣ ਵਾਲਾ ਵੀ ਕੋਈ ਨੀ, ਪਰ ਰੱਬ ਦਾ ਨਾਂ ਲੈ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਤੁਰਦੇ ਰਹੇ, ਅਸੀਂ ਵੀ ਪਹੁੰਚ ਗਏ ਰਾਤ 3 ਵਜੇ ਪਹੁੰਚੇ ਸੀ ਪੂਰਨਪੁਰ ਤੋਂ ਅੱਗੇ ਤਕੀਆ ਪਿੰਡ, ਮੇਰਾ ਜਿੱਥੇ ਕੋਈ ਮੱਖ ਬਰਿੰਦਾ ਸੀ, ਹਾਂਜੀ ਹੈਗਾ ਤਕੀਆ, ਉੱਥੇ ਰਹੇ ਰਾਤ, ਫਿਰ ਉਹਨਾਂ ਦੇ ਘਰ ਪਿੰਡ ਚ, ਫਿਰ ਸਵੇਰੇ ਉਹਨਾਂ ਨੇ ਨਾਸ਼ਤਾ ਨੁਸ਼ਤਾ ਕਰਾ ਕੇ ਸਾਨੂੰ ਪੂਰਿਆ, ਫਿਰ ਦਿੱਤੇ, ਚਲੋ ਕੋਈ ਨੀ ਹੁਣ ਆਵਾਂਗੇ, ਬਹਿ ਕੇ ਅਰਮਾਨ ਨਾਲ ਗੱਲਾਂ ਬਾਤਾਂ ਵੀ ਕਰਾਂਗੇ, ਕੰਮ ਵੀ ਕਰਾਂਗੇ, ਸਾਰੇ ਪਾਸੇ ਦੌੜ ਵੱਜ, ਠੀਕ ਹੈ, ਸਤਿ ਸ੍ਰੀ ਅਕਾਲ ਜੀ। ਹਾਂ ਨਿਮੇ, ਹਾਂਜੀ, ਜਿੱਦਾਂ ਕੁਛ ਲੋਕਾਂ ਨੇ ਕਮੈਂਟ ਕੀਤਾ ਸੀਗਾ ਕਿ ਲਵਪ੍ਰੀਤ ਤੋਂ ਵੀ ਪੁੱਛੋ, ਉਹਨੂੰ ਵੀ ਨਾਲ ਲਾਵਾ ਵੀਡੀਓ ਕਾਲ 'ਚ, ਹਾਂ ਉਸੇ ਕਰਕੇ ਕੀਤਾ, ਭਾਜੀ ਸੁਣ ਲਓ, ਹਾਂਜੀ, ਤੇ ਉਹ ਮੈਂ ਕਹਿ ਰਿਹਾ ਸੀ ਕਿ ਕੱਲ ਨੂੰ ਇੱਕ ਰਾਮ ਫੇਰ ਆਪਾਂ ਵੀਡੀਓ ਕਾਲ ਕਰ ਲਾਂਗੇ, ਲਵਪ੍ਰੀਤ ਆਪਣੇ ਤੋਂ ਵੀ ਦੱਸ ਦੂਗਾ ਜੋ ਮੈਂ ਕੁਛ ਕੀ ਦੱਸਿਆ ਸੀ ਉਹ, ਹਾਂਜੀ, ਆਪਾਂ ਕੀ ਕਰਾਂਗੇ ਨਾ, ਪਹਿਲਾਂ ਇੱਕ ਵਾਰੀ ਪੁਲਿਸ ਵਾਲਾ ਕੰਮ ਕਰ ਆਵੇ, ਫਿਰ ਪੁਲਿਸ ਵਾਲੀ ਵੀ ਬਣਾ ਲਾਂਗੇ, ਦੂਜੀ ਗੱਲ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਨੈਸ਼ਨਲ ਮੀਡੀਆ 'ਚ ਮੈਂ ਖਬਰ ਲੈ ਕੇ ਆ ਰਿਹਾ। ਸੋ ਦੋਸਤੋ, ਇਹ ਸੀ ਹਰਚਰਨ ਸਿੰਘ ਪੀਲੀਭੀਤ ਬਾਰੇ ਕੁਝ ਨਵੇਂ ਖੁਲਾਸੇ ਜੋ ਕਿ ਤੁਸੀਂ ਦੇਖੀ, ਹਰਚਰਨ ਸਿੰਘ ਦੇ ਕੁਝ ਦੋਸਤਾਂ ਦੇ ਨਾਲ ਹੋਈ ਸਾਡੀ ਮੁਲਾਕਾਤ। ਸੋ ਇਸ ਅਪਡੇਟ ਵਿੱਚ ਇੰਨਾ ਹੀ, ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ, ਬਣੇ ਰਹੋ ਸਾਡੇ ਨਾਲ।